ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਜੋ ਲੇਟੈਸਟ ਅਪਡੇਟਸ ਆਏ ਨੇ ਉਸ ਤੋਂ ਬਾਅਦ ਸਟੂਡੈਂਟਸ ਦੇ ਮਨ ਵਿੱਚ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ। ਕਿਤੇ ਤਾਂ ਕੈਨੇਡਾ ਤੋਂ ਲਗਾਤਾਰ ਵੀਜ਼ਾ ਅਪਰੂਵਲਸ ਇੰਨੀਆਂ ਪੋਜ਼ਿਟਿਵ ਔਰ ਇੰਨੇ ਪੋਜ਼ਿਟਿਵ ਰਿਜ਼ਲਟਸ ਪੋਜ਼ਿਟਿਵ ਅਪਡੇਟਸ ਪਹਿਲਾਂ ਆਏ ਸੀ ਕਿ ਸਟੂਡੈਂਟ ਬਹੁਤ ਖੁਸ਼ ਸੀ ਅਤੇ ਲੱਗ ਰਿਹਾ ਸੀ 2024 ਵਿੱਚ ਤਾਂ ਢੇਰ ਸਾਰੇ ਵੀਜ਼ਾ ਲੱਗਣਗੇ, ਪਰ ਹੁਣ ਜਿਵੇਂ ਹੀ 2024 ਦੀ ਸ਼ੁਰੂਆਤ ਹੋਈ ਨਵੇਂ ਅਪਡੇਟਸ ਆ ਗਏ ਅਤੇ ਚਿੰਤਾ ਜ਼ਰੂਰ ਬਣ ਗਈ ਹੈ। ਪਰ ਅੱਜ ਅਸੀਂ ਖਾਸ ਤੌਰ 'ਤੇ ਮਾਸਟਰਸ ਵਾਲੇ ਸਟੂਡੈਂਟ ਦੀ ਗੱਲ ਕਰਨ ਜਾ ਰਹੇ ਹਾਂ ਜਿਨ੍ਹਾਂ ਦੇ ਲਈ ਹਲੇ ਵੀ ਕੈਨੇਡਾ ਦੇ ਲਈ ਬਹੁਤ ਚੰਗੀਆਂ ਆਪਸ਼ਨਸ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ। ਕਿਹੜੀਆਂ ਆਪਸ਼ਨਸ ਨੇ, ਕਿਵੇਂ ਅਪਲਾਈ ਕਰੋ ਅਤੇ ਕਿਸ ਤਰ੍ਹਾਂ ਦਾ ਹੁਣ ਟ੍ਰੈਂਡ ਚੱਲ ਰਿਹਾ, ਇਸ ਉੱਪਰ ਪੂਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਜ਼ਰੂਰ ਦੇਖੋ ਜਿਵੇਂ ਕੈਨੇਡਾ ਦੀ ਅੱਜ ਜਦੋਂ ਵੀ ਗੱਲ ਕਰ ਰਹੇ ਹਾਂ ਤਾਂ ਸਟੂਡੈਂਟ ਦੇ ਮਨ ਵਿੱਚ ਸਵਾਲ ਜ਼ਰੂਰ ਬਣਦਾ ਜਾ ਰਿਹਾ ਹੈ ਕਿ ਹੁਣ ਕਿਸ ਤਰ੍ਹਾਂ ਨਾਲ ਵੀਜ਼ਾ ਲੱਗਣਗੇ, ਰੇਸ਼ੋ ਘਟਾ ਦਿੱਤੀ ਗਈ ਹੈ ਵੀਜ਼ਾ ਦੇ ਲਈ, ਪ੍ਰੋਵਿੰਸ ਨੂੰ ਲੈ ਕੇ ਵੀ ਬਹੁਤ ਸਾਰੇ ਸਟੂਡੈਂਟ ਚਿੰਤਾ ਵਿੱਚ ਨੇ ਹੁਣ ਕਿਹੜੇ ਪ੍ਰੋਵਿੰਸ ਵੱਲ ਅਸੀਂ ਜਾਈਏ, ਤਾਂ ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਪੂਰੀ ਰਾਈਟ ਇਨਫੋਰਮੇਸ਼ਨ ਸਟੂਡੈਂਟਸ ਦੇ ਨਾਲ ਅੱਜ ਦੀ ਵੀਡੀਓ ਜ਼ਰੀਏ ਸਾਂਝੀ ਕਰਿਓ। ਥੈਂਕ ਯੂ ਹਰਜੋਤ, ਇਹ ਕੁਐਸਚਨ ਪੁੱਛਣ ਵਾਸਤੇ, ਫੇਵਰੇਟ ਟੌਪਿਕ ਹੈ ਮੇਰਾ ਜੀ। ਮੈਂ ਜਦ ਤੋਂ ਕੰਮ ਸ਼ੁਰੂ ਕੀਤਾ ਹੋਏਗਾ 26-27 ਸਾਲ ਪਹਿਲੇ, ਸ਼ਾਇਦ ਮੈਂ ਜਦ ਦੀ ਪ੍ਰੋਵਿੰਸਿਸ ਦੇ ਵਿੱਚ ਹੀ ਸਟੂਡੈਂਟ ਜ਼ਿਆਦਾ ਭੇਜੇ ਆ। ਅਸੀਂ ਉਸ ਦਿਨ ਤੋਂ ਜਾਣਦੇ ਸੀਗੇ ਕਿ ਸਟੂਡੈਂਟ ਨੂੰ ਜਿਹੜਾ ਹੈ ਪ੍ਰੋਵਿੰਸ ਵਿੱਚ ਜਾ ਕੇ ਹੀ ਫਾਇਦਾ ਹੈ, ਔਰ ਜਿਹੜੀ ਕਿ ਕੈਨੇਡਾ ਗੌਰਮੈਂਟ ਨੇ ਲਾਸਟ ਅੱਜ ਇੰਨੇ ਸਾਲਾਂ ਬਾਅਦ ਉਹ ਪ੍ਰੈਸ਼ਰ ਪਾ ਦਿੱਤਾ, ਹਰ ਬੱਚਾ ਜਿਹੜਾ ਅੰਟਾਰੀਓ ਜਾ ਰਿਹਾ, ਹਰ ਬੱਚਾ, ਉਹ ਬ੍ਰਿਟਿਸ਼ ਕੋਲੰਬੀਆ ਵੀ ਘੱਟ ਜਾਂਦਾ ਸੀ ਅੰਟਾਰੀਓ। ਹੁਣ ਜਿਹੜੀ ਚੇਂਜਿਸ ਆਈਆਂ ਉਹ ਇੰਨੀ ਜ਼ਬਰਦਸਤ ਆਈਆਂ ਕਿ ਇਹ ਬਹੁਤ ਜ਼ਰੂਰੀ ਸੀਗੀ ਸਟੂਡੈਂਟ ਪੁਆਇੰਟ ਆਫ ਵਿਊ ਤੋਂ ਵੀ। ਤੁਸੀਂ ਇਹ ਦੇਖੋ, ਲਾਸਟ ਈਅਰ ਸਟੂਡੈਂਟ ਘਬਰਾ ਰਿਹਾ ਸੀਗਾ ਜਾਣ ਵਾਸਤੇ ਕੈਨੇਡਾ ਕਿ ਜੋਬ ਨਹੀਂ ਹੈ, ਜਦਕਿ ਮੈਂ ਹਰ ਵੀਡੀਓ 'ਚ ਇਹ ਕਿਹਾ ਕਿ ਤੁਸੀਂ ਇਹ ਜਿਹੜਾ ਮੌਕਾ ਇਹ ਤੁਸੀਂ ਹਾਸਿਲ ਕਰ ਲਓ, ਇਹ ਜਿਹੜਾ ਹਮੇਸ਼ਾ ਨਹੀਂ ਮਿਲਦੇ ਜਾਂ 100% ਦੇ ਰਹੇ ਸੀਗੇ ਵੀਜ਼ਾ, ਉਹੀ ਉਹਨਾਂ ਨੇ ਜਿਹੜਾ ਕੋਟਾ ਜਿਹੜਾ ਦੇਖ ਲਓ ਤੁਸੀਂ 5 ਲੱਖ ਤੋਂ 3,64,000 ਇਹਨਾਂ ਨੇ ਕਰਤਾ ਵੀਜ਼ਾ ਜਿਹੜਾ, ਉਹ ਵੀ ਅੰਡਰ ਗ੍ਰੈਡ ਦਾ, ਅਤੇ ਇੰਨਾ ਕੁ ਵੀਜ਼ਾ ਘੱਟ ਹੋ ਗਿਆ ਉਹ ਵੀ। ਹੁਣ ਦੇਖੋ ਅਪਡੇਟਸ ਕੀ ਹੈ, ਇਹ ਬੜਾ ਜ਼ਰੂਰੀ ਹੈ ਬੱਚੇ ਨੂੰ ਸਮਝਣਾ, ਜਿਹੜੇ ਅੰਡਰ ਗ੍ਰੈਡ ਦੇ ਸਟੂਡੈਂਟਸ ਹੈ ਉਹ ਸਾਰੀ ਸਟੇਟਸ ਦੇ ਵਿੱਚ ਹੁਣ ਇਹ ਕੋਟਾ ਸਮਝੋ ਸਪਲਿਟ ਹੋ ਗਿਆ, 3,64,000 ਸਟੂਡੈਂਟ ਸਟੂਡੈਂਟ ਜਿਹੜਾ ਉਹ ਹਰ ਸਟੇਟ 'ਚ ਡਿਸਟ੍ਰੀਬਿਊਟ ਕਰਤਾ ਜਾਏਗਾ, ਔਰ ਹਰ ਕਾਲਜ ਦੀ ਕੈਪ ਹੋਏਗੀ ਜੀ। ਇਹ ਸਮਝਣਾ ਬੜਾ ਜ਼ਰੂਰੀ ਕਿ ਹੈ ਕੀ ਹੈ। ਹੁਣ ਜਿਹੜਾ ਤੁਸੀਂ ਸਟੂਡੈਂਟ ਜਾਂਦਾ ਸੀਗਾ ਉਹ ਕੋਈ ਵੀ ਕਾਲਜ ਦਾ, ਜਿਹੜਾ ਪਿੱਛੇ ਕਿੰਨੇ ਨਿਊਜ਼ ਆਈਆਂ ਕਿ ਬੱਚੇ ਫੇਕ ਚਲੇ ਗਏ, 7,000 ਬੱਚਾ ਕਿੰਨਾ ਸੀਗਾ ਇਹ ਫੇਕ ਆਫਰ ਲੈਟਰਸ 'ਤੇ, ਇਸ ਕਰਕੇ ਇਹ ਜਿਹੜਾ ਪ੍ਰੋਵਿੰਸ ਅਟੈਸਟੇਸ਼ਨ ਸ਼ੁਰੂ ਕੀਤਾ ਕਿ ਹਰ ਪ੍ਰੋਵਿੰਸ ਜਿਹੜਾ ਹੈ, ਜਿੱਦਾਂ ਇੱਕ CAQ ਹੁੰਦੀ ਸੀ ਮੋਂਟਰੀਅਲ ਦੀ, ਸਮਝੋ ਕੁਛ ਇੱਦਾਂ ਦਾ ਹੀ ਸਿਸਟਮ ਇਹ ਆ ਰਿਹਾ। ਇਹ 31 ਮਾਰਚ ਤੋਂ ਪਹਿਲਾਂ ਇਹ ਜਿਹੜਾ ਸਿਸਟਮ ਆ ਜਾਏਗਾ ਕਿ ਹਰ ਪ੍ਰੋਵਿੰਸ ਨੂੰ ਆਪਣਾ ਇੱਕ ਲੈਟਰ ਦੇਣਾ ਪਏਗਾ ਕਿ ਜਿੱਦਾਂ ਹਰ ਡਾਕੂਮੈਂਟ ਵੈਰੀਫਾਈ ਹੁੰਦਾ, ਉਹਦੀ ਕੁਛ ਫੀਸ ਹੁੰਦੀ ਆ। ਹੁਣ ਕੀ ਸਿਸਟਮ ਆਏਗਾ ਇਹ ਆਉਣ ਵਾਲੇ 10-15-20 ਦਿਨ 'ਚ ਕਲੀਅਰ ਹੋ ਜਾਏਗਾ ਜੀ। ਹੁਣ ਦੇਖੋ ਜਿਹੜਾ ਕੈਪ ਲੱਗੀ ਹੈ 35% ਵੀਜ਼ਾ ਘੱਟ ਕਰਤਾ, ਹੁਣ 65% ਵੀਜ਼ਾ ਦੇਣਗੇ ਜਿਹੜਾ ਪਿਛਲੇ ਇਸ ਸਾਲ ਦਿੱਤਾ ਜਾਂ ਸੈਪਟੰਬਰ ਤੱਕ ਜਿਹੜਾ ਦੇਣਗੇ। ਇਹ ਜਿਹੜੀ ਚੇਂਜਿਸ ਆਉਣਗੇ ਉਹ 1 ਸੈਪਟੰਬਰ ਤੋਂ ਆ ਰਹੀ ਹੈ। ਹੁਣ ਜਿਹੜਾ 65% ਬੱਚਾ ਇਹਦੇ ਵਿੱਚ ਜਿਹੜਾ
50% ਜਿਹੜਾ ਅੰਟਾਰੀਓ ਦਾ ਜਿਹੜਾ ਕੋਟਾ ਹੈ ਜੀ, ਮੀਨਸ ਕਿ ਬਾਕੀ ਸਟੇਟ ਨੂੰ ਜੇ 65% ਮਿਲ ਰਿਹਾ ਬੱਚਾ ਤੇ ਅੰਟਾਰੀਓ ਨੇ ਖਾਲੀ 50% ਹੀ ਲੈਣਾ ਜਿਹੜਾ ਉਹਨੂੰ ਕੋਟਾ ਮਿਲਣਾ, ਔਰ ਜਿਹੜਾ BC ਹੈ ਉਹਨੂੰ ਵੀ 50% ਹੀ ਕੋਟਾ ਮਿਲਣਾ, ਬਾਕੀ ਜਿੱਥੇ ਘੱਟ ਪਾਪੂਲੇਸ਼ਨ ਹੈ ਉੱਥੇ ਕੋਟਾ ਜ਼ਿਆਦਾ ਹੋਏਗਾ, ਕਿਸੇ ਨੂੰ 65 ਹੋਏਗਾ, ਕਿਸੇ ਨੂੰ 70 ਹੋਏਗਾ, ਅਲੱਗ ਅਲੱਗ ਕੋਟਾ ਹਰ ਸਟੇਟ ਦਾ ਹੋਏਗਾ, ਔਰ ਪ੍ਰੋਵਿੰਸ ਅਟੈਸਟੇਸ਼ਨ ਜ਼ਰੂਰੀ ਹੈ। ਜਿਹੜੇ ਸਟੂਡੈਂਟਸ ਗਵਰਨਮੈਂਟ ਕੋਲਜ 'ਚ ਜਾਣਗੇ 2 ਈਅਰਸ ਦੇ ਕੋਰਸ 'ਚ, ਉਹਨਾਂ ਨੂੰ ਪੋਸਟ ਸਟੱਡੀ ਵਰਕ ਪਰਮਿਟ 3 ਈਅਰਸ ਦਾ ਹੀ ਮਿਲੇਗਾ। ਬਟ ਇਹ ਬੜਾ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਮਾਸਟਰਸ ਦਾ ਸਟੂਡੈਂਟ ਹੈ ਉਹਦੇ ਵਾਸਤੇ ਕੋਈ ਚੇਂਜ ਨਹੀਂ ਆਈ। ਓਕੇ, ਉਹ ਸਪਾਊਸ ਨੂੰ ਵੀ ਲੈ ਕੇ ਜਾ ਸਕਦਾ, ਪੋਸਟ ਸਟੱਡੀ ਵਰਕ ਪਰਮਿਟ ਵੀ ਪੂਰਾ, ਉਹਨੂੰ ਕੋਈ ਪ੍ਰੋਵਿੰਸ ਅਟੈਸਟੇਸ਼ਨ ਦੀ ਵੀ ਲੋੜ ਨਹੀਂ ਹੈ, ਉਹਦਾ ਐਸ ਸੱਚ ਸਾਰਾ ਕੁਛ ਹੈ। ਜਿੱਦਾਂ UCW ਹੈ ਤੁਹਾਡਾ, ਟ੍ਰੇਨਿਟੀ ਵੈਸਟਰਨ ਯੂਨੀਵਰਸਿਟੀ ਹੈ, ਦੈਨ ਤੁਹਾਡੀ ਥੋਮਸਨ ਰਿਵਰ ਯੂਨੀਵਰਸਿਟੀ ਹੈ, ਇੱਦਾਂ ਦੀ ਯੂਨੀਵਰਸਿਟੀਆਂ 'ਚ ਜਿਹੜੇ ਮਾਸਟਰਸ ਦੇ ਪ੍ਰੋਗਰਾਮ ਹੈ, ਬਹੁਤ ਸਾਰੀ ਯੂਨੀਵਰਸਿਟੀਆਂ ਜਿਹੜੇ ਮਾਸਟਰਸ ਦੇ ਪ੍ਰੋਗਰਾਮ ਹੈ ਉਹਨਾਂ ਦੇ ਵਿੱਚ ਬੱਚੇ ਦੇ ਕੋਈ ਚੇਂਜ ਨਹੀਂ ਆਇਆ। ਉਹ ਸਪਾਊਸ ਵੀ ਜਾ ਸਕਦਾ, ਅੰਡਰ ਗ੍ਰੈਡ ਦੇ ਵਾਸਤੇ ਮੈਂ ਕਦੀ ਸਪਾਊਸ ਨੂੰ ਪਹਿਲੇ ਵੀ ਨਹੀਂ ਐਨਕਰੇਜ ਕੀਤਾ ਸੀਗਾ ਕਿਉਂਕਿ ਉਮਰ ਬਹੁਤ ਛੋਟੀ ਹੁੰਦੀ ਹੈ ਔਰ ਉਹਨਾਂ ਦੇ ਵਾਸਤੇ ਹੀ 50 ਪ੍ਰੋਬਲਮ ਆਉਂਦੀਆਂ। ਇਸ ਕਰਕੇ ਇਹ ਜਿਹੜਾ ਹੁਣ ਸਿਸਟਮ ਆਇਆ ਇਹ ਬਹੁਤ ਕਲੀਅਰ ਸਿਸਟਮ ਹੈ, ਜਿੰਨੇ ਸਟੂਡੈਂਟਸ ਉੱਥੇ ਹੈ ਉਹ ਸੈਟਲ ਹੋ ਜਾਣਗੇ। ਇਹ 2 ਈਅਰਸ ਦਾ ਹਜੇ ਕੈਪ ਕੀਤਾ ਇਹਨਾਂ ਨੇ ਕਿ 2 ਸਾਲ ਵਾਸਤੇ ਇਹ ਪੋਲਿਸੀ ਬਣਾਈ ਹੈ, ਅਤੇ ਇਸ 2 ਸਾਲ 'ਚ ਜਿਹੜਾ ਬੱਚਾ ਐਕਸਟਰਾ ਚਲਿਆ ਗਿਆ ਜਾਂ ਕੰਮ ਨਹੀਂ ਮਿਲਦਾ ਸੀ, ਕੰਮ ਸਾਰੇ ਬੱਚਿਆਂ ਨੂੰ ਮਿਲਦਾ ਸੀ ਜਿਹੜੇ ਡਿਫਰੈਂਟ ਪ੍ਰੋਵਿੰਸਿਸ 'ਚ ਸੀਗੇ, ਜਿਹੜਾ ਅੰਟਾਰੀਓ ਵਿੱਚ ਹੈ ਜਾਂ BC ਵਿੱਚ ਜਿੱਥੇ ਬੱਚਾ ਜ਼ਿਆਦਾ ਹੋ ਗਿਆ ਉੱਥੇ ਥੋੜ੍ਹੀ ਪ੍ਰੋਬਲਮ ਆਉਂਦੀ ਸੀ, ਉੱਥੇ ਵੀ ਜੋ ਬੱਚੇ ਦੀ ਲੈਂਗੁਏਜ ਸਕਿੱਲਸ ਅੱਛੀ ਹੈ ਉਹਨੂੰ ਕੋਈ ਇੰਨੀ ਪ੍ਰੋਬਲਮ ਨਹੀਂ ਸੀਗੀਆਂ। ਅਤੇ ਇਹ ਸਾਰੀ ਹੁਣ ਅਪਡੇਟ ਹੈ, ਮਾਸਟਰਸ ਵਾਸਤੇ ਕੋਈ ਪ੍ਰੋਬਲਮ ਨਹੀਂ ਹੈ, ਨਾ ਕੋਈ ਕੈਪ ਹੈ, ਨਾ ਕੋਈ ਉਹਨਾਂ ਦੇ ਸਪਾਊਸ 'ਤੇ ਫਰਕ ਪਿਆ ਔਰ ਨਾ ਹੀ ਉਹਨਾਂ ਨੂੰ ਕੋਈ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਹੈ। ਜੀ 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 ਬਿਲਕੁਲ, ਯਾਨੀ ਕਿ ਮਾਸਟਰਸ ਵਾਲੇ ਜਿਹੜੇ ਸਟੂਡੈਂਟਸ ਆ ਜਿਨ੍ਹਾਂ ਨੇ ਮਾਸਟਰਸ ਲਈ ਅਪਲਾਈ ਕਰਨਾ ਉਹਨਾਂ ਨੂੰ ਕਿਤੇ ਵੀ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ, ਉਹ ਸਪਾਊਸ ਨਾਲ ਵੀ ਅਪਲਾਈ ਕਰ ਸਕਦੇ ਆ। ਬਿਲਕੁਲ, ਅਤੇ ਹੁਣ 2 ਈਅਰਸ ਪ੍ਰੋਗਰਾਮ ਮਈ ਵਾਸਤੇ ਹਜੇ ਕੁਛ ਯੂਨੀਵਰਸਿਟੀਜ਼ 'ਤੇ ਓਪਨ ਹੈ, ਈਵਨ MBA ਵੀ ਓਪਨ ਹੈ ਇੱਥੇ ਜਿਹੜੇ ਕੈਨੇਡਾ ਦੇ ਵਿੱਚ ਹੈ। MBA ਪ੍ਰੋਗਰਾਮ ਨੂੰ ਹੁਣ ਜ਼ਿਆਦਾ ਐਨਕਰੇਜਮੈਂਟ ਮਿਲੇਗਾ, ਜਾਂ ਜਿਹੜੀ ਮਾਸਟਰਸ ਆਫ ਸਪਲਾਈ ਚੇਨ ਮੈਨੇਜਮੈਂਟ ਜਾਂ ਆਰਟੀਫਿਸ਼ਲ ਇੰਟੈਲੀਜੈਂਸ ਜਾਂ IT ਦੇ ਪ੍ਰੋਗਰਾਮ, ਜਿਹੜੇ ਮਾਸਟਰਸ ਬਹੁਤ ਅੱਛੇ ਪ੍ਰੋਗਰਾਮ ਹੈ, ਕੈਰੀਅਰ ਓਰੀਐਂਟਿਡ ਹੈ, ਉਹਨਾਂ ਦੀ ਸੈਲਰੀਜ਼ ਵੀ ਬਹੁਤ ਅੱਛੀ ਮਿਲਦੀ। ਮਾਸਟਰਸ ਦੇ ਵਾਸਤੇ ਤੋਂ ਬਾਅਦ ਤੁਸੀਂ ਦੇਖੋ ਅੱਛੀ ਯੂਨੀਵਰਸਿਟੀ ਤੋਂ ਕੀਤੀ ਹੋਏ, ਇੱਕ ਤਾਂ 2 ਈਅਰ ਦਾ ਪੋਸਟ ਸਟੱਡੀ ਵਰਕ ਪਰਮਿਟ ਹੈ, ਜੇ ਅੱਛੀ ਯੂਨੀਵਰਸਿਟੀ ਤੋਂ ਕੀਤੀ ਹੋਏ ਤੁਸੀਂ ਇਹ ਦੇਖੋ ਕਿ ਸਟੂਡੈਂਟ ਨੂੰ ਕੰਪਨੀ ਦੀ ਪਲੇਸਮੈਂਟ ਪੜ੍ਹਦੇ ਪੜ੍ਹਦੇ ਹੀ ਹੋ ਜਾਂਦੀ ਹੈ, ਅਤੇ ਉਹਦੀ ਜੋਬ ਮਿਲ ਗਈ ਅਤੇ ਉਹਦਾ ਦੇਖੋ ਤੁਸੀਂ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਦਾ ਉਹਦਾ ਪਾਥ ਆ ਬਿਲਕੁਲ ਕਲੀਅਰ ਹੋ ਗਿਆ। ਉਹ ਦੇਖੋ ਇੱਥੇ MBA ਦੇ ਵਿੱਚ ਹੋ ਸਕਦਾ ਉਹਨੇ $5,000-10,000 ਫੀਸ ਦੇ ਰੂਪ 'ਚ ਜ਼ਿਆਦਾ ਦਿੱਤੇ ਹੋਣ, ਲੇਕਿਨ ਉੱਥੇ ਜਾ ਕੇ ਜਿਹੜਾ ਜੋਬ ਦਾ ਸਟਰਗਲ ਉਹ ਖਤਮ ਹੋ ਗਿਆ, ਉੱਥੇ ਜਾ ਕੇ ਜਿਹੜੀ PR ਦਾ ਸਟਰਗਲ ਹੈ ਉਹ ਖਤਮ ਹੋ ਗਿਆ, ਅਤੇ ਉਹਦੇ ਜਿਹੜੀ ਸੈਟਲਮੈਂਟ ਹੈ ਉਹਦੀ ਪੜ੍ਹਾਈ ਦੇ ਨਾਲ ਜਿਹੜੀ ਚੀਜ਼ ਚਾਹੀਦੀ ਹੈ ਸਟੂਡੈਂਟ ਨੂੰ ਉਹ ਸਾਰੀ ਕਲੀਅਰ ਹੋ ਗਈ ਉਹਦੀ।
ਬਿਲਕੁਲ ਬਿਲਕੁਲ ਸਹੀ ਗੱਲ ਹੈ। ਸੋ ਜ਼ਰੂਰ ਮੈਂ ਸਟੂਡੈਂਟਸ ਨੂੰ ਕਹਿਣਾ ਚਾਹੂੰਗੀ, ਦੇਖੋ ਕੋਈ ਵੀ ਤੁਹਾਡਾ ਆਪਣਾ ਸਵਾਲ ਹੈ, ਜ਼ਰੂਰ ਤੁਸੀਂ ਨੈਵੀਗੇਟਰਸ ਓਵਰਸੀਜ਼ ਦਾ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ, ਤਾਂ ਕਿ ਟਾਈਮਲੀ ਸਹੀ ਪ੍ਰੋਸੈਸ ਦੇ ਨਾਲ ਤੁਸੀਂ ਅੱਗੇ ਵੱਧਦੇ ਹੋਏ ਆਪਣਾ ਵੀਜ਼ਾ ਹਾਸਿਲ ਕਰ ਸਕੋ। ਬਹੁਤ ਬਹੁਤ ਥੈਂਕਸ ਮੈਮ, ਕਾਫੀ ਡਿਟੇਲ ਵਿੱਚ ਤੁਸੀਂ ਅੱਜ ਇਹ ਗੱਲਾਂ ਜੋ ਹੈ ਸਟੂਡੈਂਟਸ ਨੂੰ ਸਮਝਾਈਆਂ ਨੇ। ਆਈ ਹੋਪ ਸਟੂਡੈਂਟਸ ਨੇ ਚੰਗੀ ਤਰ੍ਹਾਂ ਸਮਝ ਲਈਆਂ ਸਾਰੀਆਂ ਗੱਲਾਂ, ਔਰ ਕਿਵੇਂ ਹੁਣ ਤੁਸੀਂ ਅੱਗੇ ਵੱਧਣਾ ਇਹ ਵੀ ਤੁਸੀਂ ਕਲੀਅਰਲੀ ਜੋ ਹੈ ਸਭ ਚੀਜ਼ਾਂ ਸਮਝ ਚੁੱਕੇ ਹੋ। ਕੋਈ ਡਾਊਟ ਹੈ ਤੁਹਾਡਾ ਤਾਂ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਅੱਗੋਂ ਵੀ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਹੀ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।